ਬੜੇ ਸਾਰੇ ਨਾ ਪੂਰੇ ਬਲੌਗ ਗੇ ਸੁਣਦੇ ਨਹੀਂ ਕਨ ਬਸ ਇੱਕ ਮੈਸੇਜ ਪਾیندੇ ਕਿ ਆਚਾਰ ਆਹੇ ਅਬ ਦਿਨ ਨੂੰ ਤਾਂ ਇਹ ਅੱਜ ਜਿਹੜਾ ਹੈ ਇਹ ਬਲੌਗ ਉਹਨਾਂ ਸਾਰਿਆਂ ਤਾਂ ਹੀ ਹੈ ਜਿਹੜਾ ਕਿ ਮੇਰੇ ਬਲੌਗ ਚ ਦਿਖਦੇ ਨਾ ਕਨ ਸ਼ੇਅਰ ਕਰਦੇ ਨਾ ਕਨ ਲਾਈਕ ਕਰਦੇ ਨਾ ਕਨ ਜਿਹੜਾ ਅਧੂਰਾ ਸੁਣਦੇ ਨਾ ਤਤਿ ਨਾ ਤਿਨਾ ਨੇ ਵੀ ਗੁਜਾਰਿਸ਼ ਹੈ ਕਿ ਅੱਥਾ ਜੋੜੀ ਨਾ ਕਿ ਪੂਰਾ ਸੁਣਾ ਕਰਾ ਫਿਰ ਅੱਗੇ ਜਿਹੜਾ ਹੈ ਕਮੈਂਟ ਪਾਣਿਓ ਤਾਂ ਅੱਜ ਕਾ ਜਿਹੜਾ ਮੇਰਾ ਬਲੌਗ ਹੈ ਸ ਇਹ ਹੈ ਕਿ ਮੈਂ ਕੁਣ-ਕੁਣਾ achar ਪਾਇਓ ਕਨ ਖੁਸੀਓ ਖੁਸੀਓ achar ਦੇਣੇ ਨਾ ਕਨ ਇਸਤੇ علاوہ ਅਗਰ ਥੁਆ ਖਰੀਦਣਾ ਚਾਹੁੰਦੇ ਮਿੰਜੋ ਤੇ ਘਰੇ ਦਾ ਹੋਮ ਮੇਡ achar ਜਿਹੜਾ ਕੀ ਆਪਣੇ ਹੱਥਾਂ ਦਾ ਘਰੇਲੂ ਤਰੀਕੇ ਨਾਲ ਜਿਹੜਾ ਮੈਂ ਆਪਣੇ ਘਰੇ ਚ ਆਪੂ ਤਾਈ ਬਣਾਉਂਦੀ ਸਹ ਦੇ achar ਚਾਹੁੰਦੇ ਨਾ ਅੱਛੇ ਮਸਾਲੇ ਵਧੀਆ ਹੋਮ ਮੇਡ achar ਚਾਹੁੰਦੇ ਨਾ ਤਾਂ ਸੇ ਮਿੰਜੋ ਤੇ ਖਰੀਦੀ ਵੀ ਸਕਦੇ ਤਾਂ ਅੱਜਕਲ ਮਿੰਜੋਲਾ ਕੁਣ-ਕੁਣਾ achar ਹਨ ਸەمਤ ਹੋਏ ਦੱਸਣੇ ਨਾ ਜਿਹੜਾ ਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਥਾ ਇਹ ਐ ਨਿੰਬੂਆਂ ਦਾ achar ਜਿਹੜਾ ਕਿ ਮਿੰਜੂ ਮਿੰਜੂਲਾ ਇਸ ਵਰ ਬਣੀ ਨੇ ਤਿਆਰ ਹੈ ਕਿਨ ਇਹ ਨੇਚਰਲ ਤਰੀਕੇ ਨਾਲ ਬਣਿਆ ਹੈ ਧੁੱਪਾ ਦੇ ਸੇਕ ਕੇ ਨੇ ਕਿਨ ਬਿਨਾ ਤੇਲੇ ਤੇ ਕਿਨ ਇਹ ਬਣੀ ਹੈ ਮੇਰਾ ਗਲਗਲੇ ਦਾ achar ਬਿਲਕੁਲ ਤਿਆਰ ਹੈ ਬਣੀ ਨੇ ਤੇ ਇਹ ਕੁਛ ਟਾਈਮ ਮੈਂ ਧੁੱਪਾ ਹਰਖਿਆ ਕਿਨ ਇਸ ਟਾਈਮ ਜਿਹੜਾ ਖਾਣੇ ਲਾਇਕ ਹੋਈ ਆ ਤੇ ਇਹ ਵੀ achar ਜਿਹੜਾ ਮੈਂ ਦੋ ਟਾਈਪੇ ਦਾ ਪਾਇਆ ਇੱਕ ਤਾਂ ਜਿਹੜਾ ਹੈ ਨਸ ਹੈ ਧੁੱਪਾ ਨੇ ਗਲਨੇ ਵਾਲਾ ਪਾਇਆ ਕੀ ਧੁੱਪਾ ਚ ਜਿਹੜਾ ਗਲਦਾ ਹੈ ਕਨ ਦੂਆ ਜਿਹੜਾ ਤੁਰਕਿਆ ਵਾਲਾ ਤਾਂ ਦੋ ਤਰੀਕੇ ਦੇ ਵਾਲੇ ਗਲਗਲਦੇ ਆਚਾਰ ਜਿਸੀਓ ਆਹ ਪਹਾੜੀ ਨਿੰਬੂ ਵੀ ਬੋਲਦੇ ਨਾ ਸੈ ਯਾਨੀ ਕਿ ਖੱਟੇ ਕਨ ਇਲਾਲ ਕਨ ਲਾਲ ਮਿਰਚੀ ਕਨ ਅਦਰਕ ਦੀ ਚਟਨੀ ਹੈ ਜਿਹੜਾ ਕਿ ਮੈਂ ਦੁਆਰਾ ਪਾਈ ਥੀ ਕਨ ਇਹ ਅਦਰਕ ਹੈ ਕਨ ਹਰੇ ਮਿਰਚੇ ਦੀ ਚਟਨੀ ਹੈ ਕਨ ਇਸਤੇਵਾ ਜਿਹੜਾ ਹੈ ਅ ਜਿਮਕੰਦੇ ਦਾ ਚਾਰ ਵੀ ਬਣੀ ਨੇ ਤਿਆਰ ਹੈ ਜਿਮਕੰਦੇ ਚਾਰ ਬਣਾਇਆ ਹਾ ਜਿਹੜਾ ਕਿ ਜਮੀਨਾ ਦੇ ਕਾਫੀ ਨੀਚੇ ਹੁੰਦਾ ਹੈ ਕਹਿੰਨਾ ਕਾਫੀ ਸਵਾਦ ਵੀ ਹੁੰਦਾ ਹੈ ਖਾਣੇ ਚ ਕਹਿੰਨਾ ਇਹ ਟੁਕੜਾ ਲਾਲ ਮਿਰਚੀ ਦਾ ਜਿਹੜਾ ਟੁਕੜਾ ਹੁੰਦਾ ਨਾ ਤਿਸਦੀ ਹੈ ਕਹਿੰਨਾ ਇਹ ਵੀ ਆਪਣੇ ਸਵਾੜੂਆਂ ਚ ਲੱਗਿਆ ਥਾ ਕਹਿੰਨਾ ਸਭ ਤੇ ਪਹਿਲਾ ਮੈਂ ਚਾਰ ਪਾਇਆ ਥਾ ਜਿਹੜਾ ਕਿ ਅਚਕਲ ਜਿਹੜਾ ਨਾ ਬਿਲਕੁਲ ਖਾਣੇ ਉ ਤਿਆਰ ਹੈ ਕਹਿੰਨਾ ਇਤਨਾ ਸਵਾਦ ਹੈ ਨਾ ਇਹ ਚਾਰ ਅੰਜੀਰੇ ਦਾ ਚਾਰ ਕਹਿੰਨਾ ਅੰਬਾਂ ਦਾ ਚਾਰ ਮੇਂਜਾ ਲਾ ਤਿਆਰ ਹੈ ਇਸ ਟਾਈਮ ਬਿਲਕੁਲ ਤਿਆਰ ਬਣਿਆ ਹੈ ਕਹਨੇ ਅੰਬਾਂ ਦਾ ਚਾਰ ਤਾਈ ਕੈਸਾ ਚਾਰ ਹੈ ਜਿਹੜਾ ਕਿ ਹਰ ਕੁਸੀ ਉਹਨਾ ਬੱਚੇ-ਬੱਚੇ ਨੂੰ ਪਸੰਦ ਆਉਂਦਾ ਹੈ ਕਹਨੇ ਅਗਰ ਤੁਹਾਂ ਲੈਣਾ ਚਾਹੁੰਦੇ ਤਾਂ ਤੁਹਾਂ ਮੇंजे ਤੇ ਖਰੀਦੀ ਸਕਦੇ ਨੇ ਕਹਿੰਦੇ ਇਸ ਤੇ ਅਲਾਵਾ ਜਿਹੜਾ ਹੈ ਲੂੰਗੜੂ ਦਾ achar ਹੈ ਲੂੰਗੜੂ ਤੁਹਾਂਏ ਪਤਾ ਹੈ ਪਹਾੜੀ ਜੜੀ ਬੂਟੀ ਹੈ ਕਹਿੰਦੇ ਇਹ ਕਾਫੀ ਸਵਾਦ ਵੀ ਹੁੰਦੀ ਹੈ ਕਹਿੰਦੇ ਇਸੇ ਖਾਣਾ ਜ਼ਰੂਰੀ ਵੀ ਹੁੰਦਾ ਤਾਂ achar ਦੇ ਰੂਪ ਚ ਖਾਣ ਤਾਂ ਇਸ ਹਨੇ ਇਸ ਦੇ ਬੈਨੀਫਿਟ ਵੀ ਮਿਲ ਸਕਦੇ ਇਸ ਤੇ ਅਲਾਵਾ ਤੁਹਾਂ ਦੇਖੀ ਸਕਦੇ ਮੈਂ ਕੁਝ ਦਿਨ ਪਹਿਲਾਂ ਤੁਹਾਂਏ ਮੈਸੇਜ ਪਾਇਆ ਥਾ ਕਿ ਇਹਦਾ ਮੈਂ ਕੀ ਬਣਾ ਦਿੱਤਾ ਮੈਂ ਤੁਹਾਂਏ ਦੱਸਾਂ ਤਾਂ ਇਸ ਦੀ ਮੈਂ ਨਾ ਨੂਣ ਹੀ ਬਣਾ ਦਿੱ ਜਿਹੜਾ ਕੀ ਬਹਾਤ ਹੀ ਸਵਾਦ ਹੈ ਭਾਬੜੀ ਹੈ ਆ ਜੁਆਣੇ ਪੱਤੇ ਨਾ ਪਦੀਨਾ ਹੈ ਮਤਲਬ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਅਸੀਂ ਇਸ ਚ ਪਾਈਆਂ ਤੇ ਵੀ ਤਿਆਰ ਹੈ ਕਨੇ ਅਚਾਰ ਫ੍ਰੀ ਦੇਣੇ ਦੀ ਗੱਲ ਹੈ ਸੈ ਮੈਂ ਤਿੰਨ ਲੋਕਾਂ ਨੂੰ ਦੇਣਾ ਹੈ ਹਰ ਰੋਜ਼ ਇੱਕ ਡੱਬਾ ਜਿਹੜਾ ਮੇਰਾ ਫ੍ਰੀ ਹੋਣਾ ਹੈ ਸਿਰਫ ਦਿਨਤਾਈ ਜਿਹੜਾ ਮੇਰੇ ਰੋਜ਼ ਬਲੌਗ ਜੋ ਦਿਖਦਾ ਹੈ ਕਨੇ ਪ੍ਰਸ਼ਨੇ ਦਾ ਇੱਕ ਉੱਤਰ ਦਿੰਦਾ ਹੈ ਕਨੇ ਜਿਆਦਾ ਤੇ ਜਿਆਦਾ ਮੇਰੇ ਵੀਡੀਓ ਜੋ ਸ਼ੇਅਰ ਕਰਦਾ ਹੈ ਕਨੇ ਲਾਈਕ ਕਰਦਾ ਹੈ ਤਾਂ ਜਿੰਨੇ ਸ਼ੇਅਰ ਕਰਨਾ ਹੈ ਜਿੰਨੀ ਲਾਈਕ ਕਰਨਾ ਜਿੰਨੀ ਸਭ ਤੋਂ ਪਹਿਲੇ ਪ੍ਰਸ਼ਨ ਦਾ ਉੱਤਰ ਦੇਣਾ ਹੈ ਤਿਸੀ ਉਹ ਹੀ ਇਹ ਆਚਾਰ ਮਿਲਣਾ ਹੈ ਕਹਿੰਦੇ ਤਿੰਨੇ ਅਪੂ ਆਇਨ ਮੇਰੇ ਤੇ ਜਿਹੜਾ ਹੈ ਸੇ ਆਚਾਰ ਲੈ ਲੈਣਾ ਹੈ ਕਿਉਂਕਿ ਪੋਸੀਬਲ ਨਹੀਂ ਹੋਈ ਪਾਦਾ ਕਿ ਮੈਂ ਹਰ ਜਗ੍ਹਾ ਜਿਹੜਾ ਹੈ ਆਚਾਰ ਥੋਇਓ ਪਹੁੰਚਾਈ ਪਾ ਕਿਉਂਕਿ ਅਗਰ ਆਚਾਰ ਪਹੁੰਚਾਣਾ ਲੱਗੀ ਤਾਂ ਮੇਰੇ ਤੇ ਕੰਮ ਨਹੀਂ ਹੋਈ ਪਾਣਾ ਮੈਂ ਥੋਂ ਤਾਈ ਬਲੌਗ ਨਹੀਂ ਬਣਾਈ ਪਾਣਾ ਤਾਂ ਗੱਲ ਇਹ ਹੈ ਕਿ ਅਗਰ ਥੋਂ ਜਾਲੂ ਹੀ ਪਾਲਮਪੁਰ ਹੁੰਦੇ ਨਾ ਜਾਂ पिछले ब्लॉग मैं काफ़ी सारे लोग जड़ा है सह ना भी अनाउंस किए हुए अचार नहीं पहुंचाई पाई क्योंकि पॉसिबल ही नहीं हो पाया कि मैं थोयों थो तक आचार पहुँचा तो ऐसा नहीं है कि मैं नहीं देना है तो मिजू ने जलू मर्जी कॉन्टैक्ट करी मिंजो क्यों आचार ले सकते हैं तो जलू भी पालमपुर हो ਅੱਜ ਦਾ ਜਿਹੜਾ ਪ੍ਰਸ਼ਨ ਇਹ ਹੀ ਹੈ ਕਿ ਜਿਆਦਾ ਤੇ ਜਿਆਦਾ ਮੇਰੇ ਬਲੌਗੇ ਜੋ ਅੱਜ ਸ਼ੇਅਰ ਕਰ ਗਾ ਲਗਭਗ ਪੰਜਾਂ ਗਰੁੱਪਾਂ 'ਚ ਫਿਰ ਇਸ ਦਾ ਸਕਰੀਨਸ਼ਾਟ ਜਿਹੜਾ ਐ ਸ ਕਮੈਂਟ ਬਾਕਸ 'ਚ ਪਾਗੇ ਤਾਂ ਤੈਨਾਂ ਨੂੰ ਮਿਲਣਾ ਹੈ ਫ੍ਰੀ ਆਚਾਰ ਤਾਂ ਇੱਕ ਹੀ ਵਿਅਕਤੀ ਹੋਣਾ ਹੈ ਤਾਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਕਰੀਨਸ਼ਾਟ ਜਿਹੜਾ ਐ ਸ ਕਮੈਂਟ ਬਾਕਸ 'ਚ ਪਾਗਾ ਤਾਂ ਤੈਨਾਂ ਨੂੰ ਮਿਲਣਾ ਹੈ ਤਾਂ ਮਿਲਦੇ ਨੌਏ ਬਲੌਗੇਸ ਬਾਏ ਬਾਏ